ਨਸ ਵੰਝੋ ਕਿਲ ਬਿਖੋ ਨਸ ਵੰਝੋ ਨਸ ਵੰਝੋ ਕਿਲ ਬਿਖੋ ਨਸ ਵੰਝੋ ਕਿਲ ਬਿਖੋ ਕਰਤਾ ਨਸ ਵੰਝੋ ਕਿਲ ਬਿਖੋ ਕਰਤਾ ਕਰ ਆਇਆ ਕਰਤਾ ਕਰ ਆਇਆ ਦੂਤ ਹੈ ਦਹਿਨ ਦਹਿਨ ਗੋਬਿੰਦ ਪ੍ਰਗਟਾਇਆ ਹੋ ਦੂਤ ਦਹਿਨ ਗੋਬਿੰਦ ਪ੍ਰਗਟਾਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਨਸ ਵੰਝੋ ਕਿਲ ਬਿਖੋ ਨਸ ਵੰਝੋ ਕਿਲ ਬਿਖੋ ਕਰਤਾ ਪ੍ਰਗਟੇ ਗੋਬਾਲ ਗੋਬਿੰਦ ਲਾਲ ਪ੍ਰਗਟੇ ਗੋਪਾਲ ਗੋਬਿੰਦ ਲਾਲ ਸਾਧ ਸੰਗ ਵਖਾਣਿਆ ਸਾਧ ਆਚਰਜ ਦੀਠਾ ਅਮਿਓ ਉਠਾ ਗੁਰ ਪ੍ਰਸਾਦੀ ਜਾਣਿਆ ਗੁਰ ਪ੍ਰਸਾਦੀ ਜਾਣਿਆ ਕਰਤਾ ਕਰ ਆਇਆ ਕਰਤਾ ਨਸ ਵੰਝੋ
ਕਰਦਾ ਕਰ ਆਇਆ ਕਰਦਾ ਕਰ ਆਇਆ ਮਨ ਸ਼ਾਂਤ ਆਈ ਵਜੀ ਵਧਾਈ ਮਨ ਸ਼ਾਂਤ ਆਈ ਵਜੀ ਵਧਾਈ ਮਨ ਸ਼ਾਂਤ ਆਈ ਮਨ ਸ਼ਾਂਤ ਆਈ ਮਨ ਸ਼ਾਂਤ ਮਨ ਸ਼ਾਂਤ ਆਈ ਮਨ ਸ਼ਾਂਤ ਆਈ ਬੱਚੀ ਵਧਾਈ ਮਨ ਸ਼ਾਂਤ ਆਈ ਬੱਚੀ ਵਧਾਈ ਬੱਚੀ ਵਧਾਈ ਮਨ ਸ਼ਾਂਤ ਮਨ ਸ਼ਾਂਤ ਮਨ ਸ਼ਾਂਤ ਆਈ ਵਜੀ ਵਧਾਈ ਮਨ ਸ਼ਾਂਤ ਮਨ ਮਨ ਸ਼ਾਂਤ ਮਨ ਸ਼ਾਂਤ ਆਈ ਮਨ ਸ਼ਾਂਤ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਕਰਤਾ ਕਰਿਆ
ਕਰਦਾ ਕਰ ਆਇਆ ਦੂਤਹ ਦੈਨ ਪਿਆ ਦੂਤਹ ਦੈਨ ਪਿਆ ਗੋਬਿੰਦ ਪ੍ਰਗਟਾਇਆ ਗੋਬਿੰਦ ਪ੍ਰਗਟਾਇਆ ਕਰਤਾ ਨਸਵੰਜੋ ਕਿਲ ਵਿਖੋ ਕਰਤਾ ਕਰ ਆਇਆ ਕਰਤਾ ਕਰ ਆਇਆ ਕਰਤਾ ਕਰਤਾ ਕਰ ਆਇਆ ਦੂਤਹ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਆਚਰਜ ਡੀਠਾ ਅਵੇਂ ਅੰਗੂਠਾ ਗੁਰਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਾ ਸਮਝੋ ਕਿਲ ਵਿਖੋ ਕਰਤਾ ਕਰ ਆਇਆ ਮੇਰਾ ਕਰਤਾ ਮੇਰਾ ਪਰਮੇਸ਼ੁਰ ਮੇਰਾ ਪਰਮਾਤਮਾ ਮੇਰੇ ਹਿਰਦੇ ਦੀ ਸੇਜ 'ਤੇ ਬਿਰਾਜਮਾਨ ਹੋ ਗਿਆ ਹੈ ਨਾ ਸਮਝੋ ਕਿਲ ਵਿਖੋ ਇੱਕ ਅਵਸਥਾ ਦਾ ਜ਼ਿਕਰ ਕਰਦੇ ਹਨ ਅਲੱਗ ਅਲੱਗ ਸ਼ਬਦਾਂ ਦੇ ਵਿੱਚ ਅਵਸਥਾਵਾਂ ਦਾ ਜ਼ਿਕਰ ਹੈ ਅਲੱਗ ਅਲੱਗ ਗੁਰੂ ਸਾਹਿਬਾਨ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਅਵਸਥਾ ਬਣ ਗਈ ਹੈ ਅਤੇ ਹੁਣ ਕੀ ਗੱਲ ਬਣਦੀ ਹੈ ਜਿਵੇਂ ਹੁਨੇ ਮਹਿਲਾ ਪੰਜਵਾਂ ਜਦੋਂ ਬਾਣੀ ਪੜ੍ਹੀਏ ਉਹਦੇ ਵਿੱਚ ਆਪਾਂ ਸਭ ਪੜ੍ਹਦੇ ਹਾਂ ਜਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਇਹ ਜਦੋਂ ਸੁਣਾਂਗੇ ਤੇ ਜਾਪੇਗਾ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਗੱਲ ਹੋ ਰਹੀ ਹੈ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਵਸਦੀ ਸਗਨ ਅਪਾਰ ਬੜੀ ਵਸਨੀ ਵਸੋਂ ਸੰਘਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਰਾਮਦਾਸਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹਦੀ ਇੱਕ ਅਲੱਗ ਵਿਚਾਰ ਵੀ ਹੈ ਜਦੋਂ ਵਿਚਾਰ ਕਰਨ ਬੈਠੋ ਅਲੱਗ ਅਲੱਗ ਤਰ੍ਹਾਂ ਦੀਆਂ ਵਿਚਾਰਾਂ ਮਨ ਵਿੱਚ ਪੈਦਾ ਹੁੰਦੀਆਂ ਹਨ ਜਿੱਥੇ ਮੋਟੇ ਤੌਰ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਬਾਰ ਸਾਹਿਬ ਦੀ ਗੱਲ ਹੋ ਰਹੀ ਹੈ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਐਵੇਂ ਹੀ ਉਸੇ ਭਾਵ ਨੂੰ ਲੈ ਕੇ ਚਿੱਤਰਕਾਰ ਪੇਂਟਿੰਗ ਬਣਾ ਕੇ ਜਾਂ ਫੋਟੋ ਖਿੱਚ ਕੇ ਥੱਲੇ ਲਿਖ ਦਿੰਦੇ ਹਨ ਤੁਕ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਵੀ ਬਹੁਤ ਥਾਂ ਦੇਖੇ ਜਾ ਕੇ ਪਰ ਤੇਰੇ ਵਰਗਾ ਸਥਾਨ ਨਹੀਂ ਕਿਤੇ ਹੇ ਪ੍ਰਭੂ
ਤੇਰੇ ਹਰਿਮੰਦਰ ਵਰਗਾ ਕਿਤੇ ਵੀ ਸਥਾਨ ਨਹੀਂ ਲੱਭਾ। ਵਸਦੀ ਸਗਨ ਅਪਾਰ ਵਸੋਂ ਸੰਘਣੀ ਹੈ, ਕਿਹਦੀ ਅਨੂਪ ਰਾਮਦਾਸਪੁਰ, ਰਾਮਦਾਸਪੁਰ ਅੰਮ੍ਰਿਤਸਰ ਸਭ ਸ਼ਹਿਰ, ਹਰ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ। ਤੇ ਇਹਦੀ ਇੱਕ ਵਿਚਾਰ ਹੋਰ ਹੈ ਜੋ ਕਿ ਸਾਨੂੰ ਜਿਸ 'ਤੇ ਗੌਰ ਕਰਨਾ ਚਾਹੀਦਾ ਹੈ। ਜਿੱਥੇ ਗੁਰੂ ਘਰ ਦੀ ਗੱਲ ਹੋ ਰਹੀ ਹੈ, ਉੱਥੇ ਅੰਦਰ ਦੇ ਮਨ ਦੀ ਸਥਿਤੀ ਦੀ ਵੀ ਗੱਲ ਹੋ ਰਹੀ ਹੈ, ਉੱਥੇ ਰਹਿੰਦੇ ਹੋਏ ਘਰਾਂ ਵਿੱਚ ਵੀ ਗੱਲ ਹੋ ਰਹੀ ਹੈ, ਅਤੇ ਜੋ ਪਰਿਵਾਰਾਂ ਵਿੱਚ ਅਸੀਂ ਰਹਿੰਦੇ ਹਾਂ, ਜਿਸ ਸੋਸਾਇਟੀ ਵਿੱਚ ਅਸੀਂ ਰਹਿੰਦੇ ਹਾਂ, ਉਹਦੀ ਵੀ ਨਾਲ ਵਿਚਾਰ ਹੈ। ਜਿੱਥੇ ਗੁਰੂ ਸਾਹਿਬ ਨੇ ਕਿਹਾ ਕਿ ਬੜੀ ਵਸੋਂ ਸੰਘਣੀ ਹੈ, ਐਵੇਂ ਜਿਵੇਂ ਸੰਗਤ ਹੋਵੇ, ਜਿਵੇਂ ਸੰਗਤ ਸੱਜ ਕੇ ਬੈਠੀ ਹੈ। ਗੁਰੂ ਸਾਹਿਬ ਕਹਿੰਦੇ ਦੂਰ ਨਹੀਂ ਬੈਠਣਾ, ਨੇੜੇ ਨੇੜੇ ਹੋ ਕੇ ਬੈਠੀ ਹੈ। ਕਿਵੇਂ ਨੇੜੇ ਹੋ ਕੇ ਬੈਠੀ ਹੈ? ਵਿੱਚ ਜਗ੍ਹਾ ਹੀ ਨਾ ਕੋਈ ਖਾਲੀ ਰਹੇ, ਤਾਂ ਕਿਉਂਕਿ ਬਾਹਰਲੀ ਤਾਕਤ ਆ ਕੇ ਵਿੱਚ ਨਾ ਬਹਿ ਜਾਵੇ, ਆਪ ਵੀ ਖਿੰਡਿਆ ਹੋਇਆ ਮਨ ਅਤੇ ਸਾਨੂੰ ਵੀ ਖਿੰਡਾ ਦੇਵੇ। ਜਿਹੜੇ ਗੁਰਸਿੱਖ ਸੱਜਣ ਬੈਠ ਗਏ ਹਨ ਗੁਰੂ ਦੀ ਹਜ਼ੂਰੀ, ਉਹ ਟਿਕ ਗਏ ਹਨ। ਆਮ ਤੌਰ 'ਤੇ ਹੁੰਦਾ ਹੀ ਇਸ ਤਰ੍ਹਾਂ, ਆਪਾਂ ਬੈਠਦੇ ਹਾਂ ਵਿਰਲੇ ਵਿਰਲੇ, ਤੋਂ ਵਿੱਚੋਂ ਕਿ ਬਾਹਰਲਾ ਬੰਦਾ ਆ ਜਾਂਦਾ ਹੈ, ਆਪਣਾ ਅਤੇ ਮਨ ਜੁੜਨ ਦਾ ਯਤਨ ਆਪਾਂ ਕਰਦੇ ਹਾਂ, ਕੁਛ ਸ਼ਬਦ ਸੁਣ ਕੇ, ਕਥਾ ਸੁਣ ਕੇ, ਗੁਰੂ ਦੀ ਗੱਲ ਸੁਣ ਕੇ, ਗੁਰੂ ਦੀ ਹਜ਼ੂਰੀ 'ਚ ਬੈਠ ਕੇ, ਇੱਕ ਇਹੋ ਜਿਹਾ ਭਾਵ ਪ੍ਰਗਟ ਹੁੰਦੇ ਹਨ, ਮਨ ਵਿੱਚ ਵਿਚਾਰਾਂ ਆਉਂਦੀਆਂ ਹਨ, ਵਾਈਬਸ ਮਿਲਦੀਆਂ ਹਨ, ਅਤੇ ਬੰਦੇ ਦਾ ਮਨ ਅਗਰਸਰ ਹੁੰਦਾ ਹੈ ਸ਼ਬਦ ਵਾਲੇ ਪਾਸੇ। ਅਤੇ ਵਿੱਚੋਂ ਕੋਈ ਆ ਜਾਵੇ ਉਖੜਿਆ ਹੋਇਆ, ਉਹ ਕਦੀ ਗੋਡੇ ਇੱਧਰ ਮਾਰੇਗਾ, ਕਦੀ ਇੱਧਰ ਮਾਰੇਗਾ, ਆਪ ਵੀ ਔਖਾ ਹੋਏਗਾ, ਜੁੜਦਿਆਂ ਹੋਇਆਂ ਨੂੰ ਵੀ ਤੋੜ ਦੇਵੇਗਾ। ਸੰਘਣੇ ਹੋ ਕੇ ਬਹਿ ਜਾਈਏ ਕਿ ਵਿੱਚ ਬਾਹਰ ਕੋਈ ਆਵੇ ਹੀ ਨਾ। ਹੁਣ ਇਸੇ ਵਿਚਾਰ ਨੂੰ ਘਰ ਵਾਲੇ ਪਾਸੇ ਲਿਆਓ, ਘਰ ਦੇ ਵਿੱਚ ਇਤਨਾ ਪਿਆਰ ਹੋਵੇ ਸਭ ਦਾ, ਜਿੰਨੇ ਵੀ ਜੀਅ ਕਰਦੇ ਹਨ ਆਪਸ ਵਿੱਚ ਇੰਨਾ ਪਿਆਰ ਹੋਵੇ ਕਿ ਬਾਹਰਲਾ ਕੋਈ ਆ ਕੇ ਭਾਨੀ ਮਾਰ ਹੀ ਨਾ ਸਕੇ, ਬਾਹਰਲਾ ਆ ਕੇ ਕੋਈ ਤੁਹਾਨੂੰ ਲੜਾ ਹੀ ਨਾ ਸਕੇ। ਇਹ ਨਾ ਹੋਵੇ ਵੀ ਅਸੀਂ ਤਾਂ ਭਰਾ ਭਰਾ ਸਮਝੇ, ਭਰਾ ਭਰਾ ਹਾਂ ਅਸੀਂ, ਬਾਹਰਲਾ ਕੋਈ ਆ ਕੇ ਮੇਰੇ ਵਰਗਾ ਸ਼ਰਾਰਤੀ ਕੋਈ ਗੱਲ ਕਹਿ ਜਾਵੇ ਤੁਸੀਂ ਆਪਸ ਵਿੱਚ ਲੜ ਪਵੋ। ਨਹੀਂ, ਸੰਘਣੇ ਹੋ ਕੇ ਬੈਠੋ, ਨਾ ਨਾ, ਭਾਵ ਵਿਚਾਰਾਂ ਆਪਣੀਆਂ ਇਸ ਤਰ੍ਹਾਂ ਰਲਾ ਲਓ, ਵਿਚਾਰਾਂ ਵੀ ਸੰਘਣੀਆਂ ਹੋ ਜਾਣ, ਵਿੱਚ ਜਗ੍ਹਾ ਹੀ ਨਾ ਬਣੇ ਕਿਸੇ ਹੋਰ ਕਿਸੇ ਦੇ ਆਉਣ ਦੀ। ਐਵੇਂ ਸੰਗਤ ਵਿੱਚ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਰਾਮਦਾਸਪੁਰ ਨਗਰੀ, ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਅੰਮ੍ਰਿਤਸਰ ਸਾਹਿਬ, ਹਰ ਹਨ ਨਾਨਕ ਕਸਮਲ ਜਾਈਐ ਨਾਈਐ ਰਾਮਦਾਸ ਸਰ, ਸਾਰੇ ਪੜ੍ਹਦੇ ਹਾਂ। ਤੋ ਇੱਥੇ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਉਹਦੇ ਵਿੱਚ ਜਿਵੇਂ ਹੁਣ ਇਹਦੇ ਨਾਲ ਹੀ ਵਿਚਾਰ ਹੋਰ ਜੁੜ ਜਾਂਦੀ ਹੈ, ਕਿਉਂਕਿ ਚੰਗਾ ਕੰਮ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ, ਮਾੜੀ ਸੋਚ ਤਾਂ ਆ ਹੀ ਰਹੀ ਹੈ। ਕੋਈ ਚੰਗਾ ਕੰਮ ਕਰਨ ਵਾਸਤੇ ਉਪਰਾਲਾ ਕਰਨਾ ਪੈਂਦਾ ਹੈ, ਵਰਨਾ ਮਾੜੀ ਸੋਚ ਤਾਂ ਆ ਹੀ ਰਹੀ ਹੈ, ਮਾਰੇ ਫੁਰਨੇ ਆ ਰਹੇ ਹਨ, ਛਲ ਕਪਟ ਕਰਨ ਦੇ ਫੁਰਨੇ ਆ ਰਹੇ ਹਨ, ਕਿਸੇ ਦਾ ਨੁਕਸਾਨ ਕਰਨ ਦੇ ਫੁਰਨੇ ਆ ਰਹੇ ਹਨ। ਬਾਣੀ ਦੇ ਨਾਲ ਜੁੜਿਆ ਹੀ ਇਹ ਵਿਚਾਰ ਪਵਿੱਤਰ ਹੋ ਜਾਂਦੀ ਹੈ, ਫਿਰ ਸੰਤੋਖ ਆ ਜਾਂਦਾ ਹੈ, ਫਿਰ ਦੂਸਰੇ ਦੀ ਹੈਲਪ ਕਰਨ ਨੂੰ ਮਨ ਕਰਦਾ ਹੈ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਆਸਾ ਜੀ ਦੀ ਵਾਰ ਵਿੱਚ। ਜਦੋਂ ਸੱਚ ਦੇ ਨਾਲ ਬੰਦਾ ਜੁੜਦਾ ਹੈ, ਸੱਚ ਨਾਲ ਜੁੜਦਾ ਹੈ, ਮਨ ਵਿੱਚ ਸਭ ਤੋਂ ਪਹਿਲਾਂ ਸੰਤੋਖ ਪੈਦਾ ਹੁੰਦਾ ਹੈ। ਸੰਤੋਖ ਮੈਨੇ ਵੀ ਮੈਂ ਸੰਤੁਸ਼ਟ ਹਾਂ, ਹੁਣ ਮੈਂ ਸੰਤੁਸ਼ਟ ਹਾਂ ਅਤੇ ਮੈਂ ਦੂਜੇ ਬਾਰੇ ਵੀ ਸੋਚ ਸਕਦਾ ਹਾਂ, ਅਤੇ ਜੇ ਮੈਂ ਹੀ ਸੰਤੁਸ਼ਟ ਨਹੀਂ ਮੈਂ ਦੂਜੇ ਬਾਰੇ ਕਿਉਂ ਸੋਚਾਂਗਾ ਵੀ ਉਹਨੂੰ ਮਿਲ ਜੇ, ਕਿਉਂ ਮਿਲੇ ਮੈਨੂੰ, ਕਿਉਂ ਨਾ ਮਿਲੇ। ਉਹ ਲੋਭ ਹੈ, ਈਰਖਾ ਵੀ ਦੂਜੇ ਨੂੰ ਨਾ ਮਿਲੇ ਸਿਰਫ ਮੈਨੂੰ ਮਿਲੇ, ਅਜੇ ਸੰਤੋਖ ਨਹੀਂ ਆਇਆ।
ਤੇ ਪਾਤਸ਼ਾਹ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ। ਸੰਤੋਖ ਤੋਂ ਬਿਨਾਂ ਕੋਈ ਰਾਜ ਥੋੜ੍ਹੀ ਹੈ। ਜਿਸ ਰਾਜੇ ਨੂੰ ਸੰਤੋਖ ਨਹੀਂ ਆਇਆ ਉਹ ਰਾਜਾ ਨਹੀਂ, ਉਹ ਭੁੱਖਾ ਹੈ, ਉਹ ਰਾਜ ਭਾਗ ਦੀ ਲਾਲਸਾ ਲੈ ਕੇ ਬੈਠਾ ਹੈ, ਅਜੇ ਰਾਜਿਆ ਨਹੀਂ ਹੋਇਆ। ਰਾਜਾ ਕੀ? ਰਜਿਆ ਹੋਇਆ। ਪਰ ਜਿਤਨੇ ਦੁਨੀਆਂ ਦੇ ਰਾਜੇ ਅੱਜ ਤੱਕ ਹੋਏ ਸਾਰੇ ਭੁੱਖੇ ਹੋਏ, ਕਿਉਂਕਿ ਲਾਲਸਾ ਹੋਰ ਅੱਗੇ ਚੱਲਣਾ ਹੈ, ਹੋਰ ਉਹ ਚੱਲਣਾ। ਸਰਪੰਚ ਕਹਿੰਦਾ ਮੈਂ ਵੱਡਾ ਬਲਾਕ ਪ੍ਰਮੁੱਖ ਬਣ ਜਾਵਾਂ, ਸਭਾਪਤੀ ਭੁੱਲਰ ਸਾਹਿਬ ਬੈਠੇ, ਸਭਾਪਤੀ ਸਾਹਿਬ ਬਲਾਕ ਪ੍ਰਮੁੱਖ। ਹੁਣ ਇੱਕ ਤਾਂ ਇੱਥੇ ਥੋੜ੍ਹੀ ਟਿਕ ਗਏ, ਅਜੇ ਅੱਗੇ ਜਾਣਾ ਇਹਨਾਂ ਨੇ। ਬੜਾ ਤਾਂ ਲਾਲਸਾ ਹੈ, ਰੱਜ ਨਹੀਂ ਕਿਤੇ। ਬਿਨਾਂ ਸੰਤੋਖ ਨਹੀਂ ਕਉ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ। ਤੂੰ MLA ਬਣ ਜਾਓ, MLA ਟਿਕਦਾ ਥੋੜ੍ਹੀ। ਉਹ ਕਹਿੰਦਾ ਮੈਂ ਤਾਂ MP ਬਣਾਂਗਾ, MP ਬਣ ਕੇ ਵੀ ਟਿਕਾ ਥੋੜ੍ਹੀ, ਮੈਂ ਪ੍ਰਧਾਨ ਮੰਤਰੀ ਬਣਾਂਗਾ। ਤੂੰ ਟਿਕਾ ਨਹੀਂ, ਭੁੱਖ ਹੈ ਅੰਦਰ, ਭੁੱਖ ਕਈ ਪ੍ਰਕਾਰ ਦੀ, ਸਿਰਫ ਰੋਟੀ ਦੀ ਭੁੱਖ ਥੋੜ੍ਹੀ ਹੁੰਦੀ ਹੈ, ਸ਼ੌਹਰਤ ਦੀ ਭੁੱਖ ਵੀ ਹੈ, ਪੈਸੇ ਦੀ ਭੁੱਖ ਵੀ ਹੈ, ਰੋਟੀ ਦੀ ਭੁੱਖ ਵੀ ਹੈ, ਨਾਮ ਦੀ ਭੁੱਖ ਵੀ ਹੈ, ਬੱਚਿਆਂ ਦੀ ਭੁੱਖ ਵੀ ਹੈ। ਜਿਹਦੇ ਕੋਲ ਬੱਚਾ ਨਹੀਂ ਉਹਨੂੰ ਪੁੱਛੋ ਉਹਨੂੰ ਕਿੰਨੀ ਭੁੱਖ ਹੈ, ਜਿਹਦੇ ਕੋਲ ਹੈ ਉਹਨੂੰ ਉਸਦੀ ਸਾਰ ਨਹੀਂ, ਪਰ ਜਿਹਦੇ ਕੋਲ ਨਹੀਂ ਉਹਨੂੰ ਪਤਾ ਉਹਨੂੰ ਕਿੰਨੀ ਭੁੱਖ ਹੈ। ਤਾਂ ਭੁੱਖ ਤਾਂ ਕਈ ਪ੍ਰਕਾਰ ਦੀ ਹੈ, ਸਭ ਕੁਝ ਹੋਵੇ, ਕਹਿੰਦਾ ਮੇਰੀ ਸ਼ੋਹਰਤ ਹੋਣੀ ਚਾਹੀਦੀ। ਹੁਣ ਚਾਰ ਬੰਦੇ ਸਤਿ ਸ਼੍ਰੀ ਅਕਾਲ ਐਂ ਤਾਂ ਕਰਨ ਨਿਕਲ, ਉਹ ਵੀ ਭੁੱਖ ਹੈ। ਤਾਂ ਇਹ ਸੰਤੋਖ ਕਦੋਂ ਆਏਗਾ? ਬਿਨਾਂ ਸੰਤੋਖ ਨਹੀਂ ਕੋ ਰਾਜਾ, ਕੋਈ ਨਹੀਂ ਰੱਜਾ ਬਿਨਾਂ ਸੰਤੋਖ ਤੋਂ। ਸੰਤੋਖ ਮਤਲਬ ਵੀ ਮੈਂ ਠੀਕ ਹੈ ਜਿੰਨਾ ਮੈਨੂੰ ਜੋ ਪਰਮਾਤਮਾ ਨੇ ਦਿੱਤਾ ਹੈ। ਇਹ ਨਹੀਂ ਸੰਤੋਖ, ਇੱਥੋਂ ਥੋੜ੍ਹੀ ਜਿਹੀ ਬੜੀ ਫਾਈਨ ਡਿਫਾਈਨ ਕਰਨਾ ਇਸ ਨੂੰ, ਲਾਈਨ ਹੈ ਇੱਕ ਕਿ ਅਸੀਂ ਸੋਚਦੇ ਹਾਂ ਸੰਤੋਖ ਆਏਗਾ ਜਦੋਂ ਸਭ ਕੁਝ ਮੇਰੇ ਕੋਲ ਆ ਜਾਏਗਾ ਫਿਰ ਸੰਤੋਖ। ਨਹੀਂ, ਸੰਤੋਖ ਉਦੋਂ ਵੀ ਆਏਗਾ ਅੱਤ ਦਰਜੇ ਦੀ ਗਰੀਬੀ ਵੀ ਹੋਵੇ। ਨਹੀਂ, ਮੈਂ ਠੀਕ ਹਾਂ ਜਿੱਥੇ ਪ੍ਰਭੂ ਨੇ ਰੱਖਿਆ, ਮੈਂ ਠੀਕ ਹਾਂ, ਉਹ ਵੀ ਸੰਤੋਖ ਹੈ, ਉਹ ਵੀ ਸੰਤੋਖ ਹੈ। ਜਦੋਂ ਮਨ ਵਿੱਚ ਵਿਚਾਰ ਪੈਦਾ ਹੋ ਗਈ, ਨਹੀਂ ਜੋ ਹੈ ਉਹ ਮੇਰੀ ਆਪਣੀ ਕਮਾਈ ਹੈ, ਮੈਨੂੰ ਜਿੱਥੇ ਪ੍ਰਭੂ ਨੇ ਰੱਖਿਆ ਮੈਂ ਬਿਲਕੁਲ ਠੀਕ ਹਾਂ, ਇਹ ਪ੍ਰਭੂ ਦੀ ਰਜ਼ਾ ਵਿੱਚ ਮੈਂ ਰਾਜ਼ੀ ਹਾਂ, ਉਹ ਸੰਤੋਖ ਹੈ। ਜਦੋਂ ਸੱਤ ਦੇ ਨਾਲ ਬੰਦਾ ਜੁੜਨ ਦੀ ਯਤਨ ਕਰਦਾ ਹੈ, ਜੁੜਦਾ ਹੈ, ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ, ਚਿੱਟੇ ਰੰਗ ਦੀ ਧਾਰੀ ਪੈਦਾ ਹੁੰਦੀ ਹੈ, ਅਲੱਗ ਅਲੱਗ ਲਾਲ ਰੰਗ ਦੀ, ਨੀਲੇ ਰੰਗ ਦੀ, ਚਿੱਟੇ ਰੰਗ, ਸਫੇਦ, ਚਿੱਟਾ, ਨੀਲਾ, ਲਾਲ, ਅਲੱਗ ਅਲੱਗ ਧਾਰੀਆਂ ਬਣਦੀਆਂ ਹਨ। ਉੱਥੋਂ ਅਵਸਥਾ ਦਾ ਜ਼ਿਕਰ ਹੁੰਦਾ ਹੈ ਵੀ ਕਿਹੜੀ ਅਵਸਥਾ 'ਤੇ ਪਹੁੰਚ ਗਿਆ ਹੈ। ਤਾਂ ਅਵਸਥਾ ਸਤੀਆਂ ਮਨ ਸੰਤੋਖ ਉਪਜੈ, ਜਦੋਂ ਸੱਤ ਨਾਲ ਜੁੜਦਾ ਹੈ ਤਾਂ ਉਹਦੇ ਮਨ ਵਿੱਚ ਸੰਤੋਖ ਉਪਜਦਾ ਹੈ ਵੀ ਨਹੀਂ ਪ੍ਰਭੂ ਤੇਰਾ ਕੀਆ ਮਿੱਠਾ ਲੱਗ ਗਿਆ, ਤੂੰ ਜਿੱਥੇ ਰੱਖਿਆ ਮੈਂ ਠੀਕ ਹਾਂ। ਹੁਣ ਮੇਰੇ ਮਨ 'ਚ ਸੰਤੋਖ ਜੋ ਆ ਗਿਆ, ਹੁਣ ਦੂਜਿਆਂ ਨੂੰ ਵੀ ਆਵੇ, ਦੂਜਿਆਂ ਨੂੰ ਦੇਣ ਦੀ ਮਨ ਵਿੱਚ ਲਾਲਸਾ ਪੈਦਾ ਹੁੰਦੀ ਹੈ। ਜਦੋਂ ਤੱਕ ਸੰਤੋਖ ਨਹੀਂ ਆਇਆ ਲੈਣ ਦੀ ਲਾਲਸਾ ਹੈ, ਲੈਣ ਦੀ ਨਹੀਂ ਲੁੱਟਣ ਦੀ, ਮੈਂ ਲੁੱਟਣਾ ਹੈ, ਲੁੱਟਣਾ ਹੈ। ਜਿਵੇਂ ਬਾਬਾ ਜੀ ਕਹਿੰਦੇ ਸੀ ਨਾ ਚਾਰ ਅਵਸਥਾਵਾਂ, ਇੱਕ ਅਵਸਥਾ ਉਹ ਹੈ ਕਿ ਮੇਰਾ ਸੋ ਮੇਰਾ, ਤੇਰਾ ਸੋ ਤੇਰਾ। ਠੀਕ ਹੈ, ਆਪਾਂ ਆਪਣੇ ਠੀਕ ਹਾਂ, ਮੈਨੂੰ ਜੋ ਮੇਰੇ ਕੋਲ ਹੈਗਾ ਨਾ ਮੇਰਾ। ਪਰ ਇਸ ਤੋਂ ਵੀ ਨੀਚੀ ਅਵਸਥਾ ਕੀ ਹੈ? ਮੇਰਾ ਸੋ ਮੇਰਾ, ਮੇਰਾ ਤਾਂ ਮੇਰਾ ਹੈ ਹੀ ਹੈ, ਪਰ ਤੇਰਾ ਵੀ ਮੇਰਾ ਹੀ ਹੈ, ਦੋਨੋਂ ਮੇਰੇ ਹੋ। ਲਾਲਚ ਸਭ ਤੋਂ ਗਿਰੀ ਹੋਈ ਬਿਰਤੀ ਕੀ ਹੈ? ਮੇਰਾ ਸੋ ਮੇਰਾ, ਤੇਰਾ ਸੋ ਮੇਰਾ, ਤੇਰਾ ਵੀ ਮੇਰਾ ਹੀ ਹੈ, ਇਹ ਵੀ ਮੈਂ ਲੁੱਟਣਾ। ਮੱਧਮ ਪੁਰਸ਼ ਕੀ ਬਿਰਤੀ ਕੀ ਹੈ? ਤੇਰਾ ਸੋ ਤੇਰਾ,
ਮੇਰਾ ਸਵੇਰਾ, ਠੀਕ ਹੈ, ਤੂੰ ਆਪਣੀ ਜਗ੍ਹਾ ਖੁਸ਼ ਰਹਿ, ਮੈਂ ਆਪਣੀ ਜਗ੍ਹਾ। ਉੱਤਮ ਪੁਰਸ਼ ਜੇ ਬ੍ਰਿਤੀ, ਤੇਰਾ ਸੋ ਤੇਰਾ, ਮੇਰਾ ਵੀ ਤੇਰਾ, ਉੱਤਮ ਹੋ ਗਿਆ। ਬ੍ਰਹਮ ਗਿਆਨੀ ਕੀ ਹੈ ਦ੍ਰਿਸ਼ਟੀ, ਨਾ ਤੇਰਾ ਨਾ ਮੇਰਾ, ਸਭ ਕੂੜ ਅੰਧੇਰਾ। ਹੁਣ ਦੇਖੋ ਚਾਰ ਦ੍ਰਿਸ਼ਟੀਆਂ ਹੋ ਗਈਆਂ, ਗੱਲ ਉਹੀ ਹੈ। ਇੱਕ ਕਹਿੰਦਾ ਮੇਰਾ ਤੇ ਜੋ ਹੈ ਮੈਨੂੰ ਮਿਲਿਆ ਹੀ ਹੈ, ਤੇਰਾ ਵੀ ਨਹੀਂ ਮੈਂ ਛੱਡਣਾ। ਦੂਜਾ ਕਹਿੰਦਾ ਠੀਕ ਹੈ ਭਾ, ਆਪਣੇ ਘਰ ਬੈਠ, ਤੂੰ ਵੀ ਖਾ ਤੇ ਮੈਂ ਵੀ ਖਾਵਾਂ, ਜਿੰਨਾ ਤੇਰਾ ਠੀਕ ਹੈ, ਮੇਰਾ ਮੇਰਾ। ਉਸ ਤੋਂ ਉੱਪਰ ਦੀ ਬਿਰਤੀ, ਚੱਲ ਤੇਰੇ ਕੋਲ ਤੇ ਹੈ ਨਾ, ਆ ਮੇਰਾ ਵੀ ਤੂੰ ਲੈ, ਚੱਲ ਫੈਸਲਾ ਕਰ, ਗੱਲ ਖਤਮ ਕਰ। ਬ੍ਰਹਮ ਗਿਆਨੀ ਕਹਿੰਦਾ ਇਹ ਭੁਲੇਖੇ 'ਚ ਤੇਰਾ ਕੀ ਹੈ, ਤੇਰਾ ਤਾਂ ਆਪਣਾ ਸਰੀਰ ਵੀ ਨਹੀਂ, ਨਾ ਤੇਰਾ ਨਾ ਮੇਰਾ, ਸਭ ਕੂੜ ਅੰਧੇਰਾ, ਇਹ ਅੰਧੇਰਾ ਹੀ ਹੈ ਸਾਰਾ, ਭੁਲੇਖੇ ਹੀ ਹਨ ਸਾਰੇ। ਸਤੀਆਂ ਮਨ ਸੰਤੋਖ ਉਪਜੇ, ਆਸਾ ਜੀ ਦੀ ਵਾਰ। ਜਦੋਂ ਸੰਤੋਖ ਉਪਜਦਾ ਹੈ ਉਦੋਂ ਕੀ ਸਥਿਤੀ ਬਣਦੀ ਹੈ, ਕੀ ਹਾਲਤ ਬਣਦੀ ਹੈ? ਦੇਣੇ ਕੇ ਵਿਚਾਰ, ਦੇਣ ਦੀ ਮਨ 'ਚ ਲਾਲਸਾ ਪੈਦਾ ਹੁੰਦੀ। ਪਰ ਅੱਗੇ ਕਿਸਦਾ ਜ਼ਿਕਰ ਕਰ ਦਿੱਤਾ? ਸਾਡੇ ਵਰਗਿਆਂ ਦਾ। ਦੇ ਦੇ ਮੰਗੇ ਸਹਿਸਾ ਗੁਣਾ, ਦਿੰਦਾ ਹੈ ਪਰ ਹਜ਼ਾਰ ਗੁਣਾ ਵਾਪਸ ਮੰਗਦਾ। ਇੱਥੇ 10 ਰੁਪਏ ਦਾ ਮੱਥਾ ਟੇਕੇਗਾ, ਪ੍ਰਭੂ ਜੋੜੇ ਮੁੰਡਿਆਂ ਦੇ ਹੋ ਜਾਣ, ਪ੍ਰਭੂ ਮੇਰਾ ਬਿਜ਼ਨਸ ਚੱਲ ਜਾਏ। ਦਿੰਦਾ ਜ਼ਰੂਰ ਹੈ ਲੇਕਿਨ ਹਜ਼ਾਰ ਗੁਣਾ ਵਾਪਸ ਮੰਗਦਾ ਹੈ। ਦੇ ਦੇ ਮੰਗੇ ਸਹਿਸਾ ਗੁਣਾ, ਅਜੇ ਵੀ ਗੱਲ ਨਹੀਂ ਬਣੀ। ਸੋਭ ਕਰੇ ਸੰਸਾਰ, ਆ ਮੈਂ ਗੁਰਦੁਆਰੇ ਪੱਖੇ ਲਵਾਏ ਹਨ, ਮੇਰਾ ਨਾਮ ਲਿਖ ਦਿਓ ਸਾਰੇ ਪਰਿਵਾਰ ਦਾ, ਦੁਨੀਆਂ ਆ ਕੇ ਪੜ੍ਹੇ ਤਾਂ ਸਹੀ, ਮੈਂ ਲਵਾਇਆ। ਆ ਮੈਂ ਪੱਥਰ ਲਵਾਇਆ ਗੁਰਦੁਆਰੇ, ਮੇਰੇ ਨਾਮ ਦੀ ਸਲੀਬ ਲੱਗਣੀ ਚਾਹੀਦੀ ਹੈ। ਦੁਨੀਆਂ ਪੜ੍ਹੇ ਵੀ ਮੈਂ ਲਵਾਇਆ, ਦੁਨੀਆਂ ਸੋਭਾ ਤਾਂ ਕਰੇ, ਦੁਨੀਆਂ ਨੂੰ ਪਤਾ ਤਾਂ ਲੱਗੇ ਵੀ ਮੈਂ ਕਰਵਾਇਆ। ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਦੁਨੀਆਂ ਸੋਭ ਵੀ ਕਰੇ, ਸੋਭਾ ਕਰੇ। ਚੋਰਾਂ ਯਾਰਾਂ ਤੇ ਘੁੜਿਆਰਾਂ, ਖਾਰਾ ਬਾਂ ਬੇਕਾਰ, ਇੱਕ ਹੁੰਦਾ ਖਾਏ ਚਲੇ ਇਥਾਂ, ਤਿੰਨਾਂ ਵੀ ਕਾਇਕਾ। ਇਹ ਆਸਾ ਜੀ ਦੀ ਵਾਰ 'ਚ ਬੜੀਆਂ ਉੱਤਮ ਵਿਚਾਰਾਂ ਹਨ। ਸਮਾਂ ਲੱਗੇ ਨਾ ਕਦੀ ਆਸਾ ਜੀ ਦੀ ਵਾਰ ਪੜ੍ਹਿਆ ਕਰੋ। ਪ੍ਰੈਕਟੀਕਲ, ਬਿਲਕੁਲ ਪ੍ਰੈਕਟੀਕਲ ਗੱਲਾਂ ਹਨ ਜਿਹੜੀਆਂ ਸਾਡੇ ਜੀਵਨ 'ਚ ਘਟਦੀਆਂ ਹਨ। ਆਸਾ ਜੀ ਦੀ ਵਾਰ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਦੁਨੀਆਂ ਵੀ ਸੋਭ ਕਰੇ, ਸੋਭਾ ਹੋਵੇ, ਚਾਰ ਬੰਦਿਆਂ ਨੂੰ ਪਤਾ ਵੀ ਲੱਗੇ। ਬਹੁਤ ਘੱਟ ਬਿਰਤੀ ਇਹੋ ਜਿਹੀ ਹੈ, ਗੁਰਦੁਆਰਾ ਸਾਹਿਬ ਜਾ ਕੇ ਜੋ ਵੀ ਭੇਟ ਕਰਨਾ ਹੁੰਦਾ ਭੇਟ ਕਰ ਦਿੰਦੇ ਹਨ। ਦਾਨ ਨਹੀਂ ਅਸੀਂ ਦੇ ਸਕਦੇ, ਅਸੀਂ ਕਹਿੰਦੇ ਨਾ ਦਾਨ ਦਿੱਤਾ, ਦਾਨ ਤੇ ਰਾਜਾ ਦਿੰਦਾ ਭਿਖਾਰੀ ਨੂੰ, ਤੇ ਭਿਖਾਰੀ ਤੇ ਅਸੀਂ ਉਹਦੇ ਕੋਲੋਂ ਲੈ ਕੇ ਅਸੀਂ ਉਹਨੂੰ ਦਾਨ ਥੋੜ੍ਹੀ ਦੇ ਸਕਦੇ ਹਾਂ, ਭੇਟ ਕਰ ਸਕਦੇ ਹਾਂ, ਆਪਣੇ ਤੋਂ ਵੱਡੇ ਨੂੰ ਭੇਟ ਕਰ ਸਕਦੇ ਹਾਂ, ਦਾਨ ਨਹੀਂ ਦੇ ਸਕਦੇ। ਉੱਥੇ ਵੱਡੀਆਂ ਵੱਡੀਆਂ ਲਿਸਟਾਂ ਲੱਗੀਆਂ, ਦਾਨੀ ਸੱਜਣਾ ਦੀ ਸੂਚੀ, ਵੀ ਜਿਹਨਾਂ ਨੇ ਪਰਮਾਤਮਾ ਨੂੰ ਦਾਨ ਦਿੱਤਾ, ਕਿੰਨਾ ਭੁਲੇਖਾ ਪੈ ਗਿਆ। ਤੋ ਅਵਸਥਾ ਜ਼ਿਕਰ ਕੀਤਾ ਹੈ, ਮੇਰਾ ਕਰਤਾ ਮੇਰੇ ਘਰ ਆ ਗਿਆ। ਜਦੋਂ ਉਹ ਸਥਿਤੀ ਬਣਦੀ ਹੈ ਉਦੋਂ ਆਪਣੇ ਆਪ ਦਾ ਵੀ ਚੇਤਾ ਨਹੀਂ ਰਹਿੰਦਾ, ਆਪਣੇ ਆਪ ਦਾ ਵੀ ਚੇਤਾ ਨਹੀਂ, ਹੋਰ ਮਾੜੀ ਵਿਚਾਰ ਅੰਦਰ ਆਉਣ ਹੀ ਨਹੀਂ। ਮੂੰਦ ਲੀਏ ਦਰਵਾਜ਼ੇ, ਬਾਜੀ ਲੈ ਅਨਵਾਜੇ। ਕਬੀਰ ਸਾਹਿਬ ਕਹਿੰਦੇ ਬਾਹਰਲੇ ਵਾਜੇ ਕਿਸਮ ਨੇ, ਅੰਦਰ ਹੀ ਵੱਜਦੇ ਪਏ। ਬਸ ਆ ਜਿਹੜੇ ਦਰਵਾਜ਼ੇ ਨੇ ਨਾ, 5 ਗਿਆਨ ਇੰਦਰੇ, ਦੁਆਰੇ ਆਪਣੇ ਸਰੀਰ ਦੇ, ਜਿਹੜੇ ਵੀ ਬਾਹਰੋਂ ਅੰਦਰ ਇਨਫੋਰਮੇਸ਼ਨ ਲੈ ਕੇ ਜਾ ਰਹੇ, ਮਨ ਨੂੰ ਖਿੰਡਾਉਣ ਦਾ ਕਾਰਨ ਬਣਦੇ, ਇਹ ਬੰਦ ਕਰ ਲਏ। ਹੁਣ ਬਾਹਰੋਂ ਕੁਛ ਆਉਂਦਾ ਹੀ ਨਹੀਂ, ਅੰਦਰ ਤੇ ਵਾਜੇ ਪਹਿਲਾਂ ਹੀ ਵੱਜ ਰਹੇ ਨੇ। ਅਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸਾਰੇ ਵਿਸੂਰੇ ਉਤਰ ਗਏ, ਭਾਵ ਪ੍ਰਭੂ ਦੀ ਪ੍ਰਾਪਤੀ ਹੋ ਗਈ। ਜਦੋਂ ਪ੍ਰਾਪਤੀ ਹੀ ਹੋ ਗਈ ਤੇ ਅੰਦਰ ਖੁਸ਼ੀਆਂ ਖੇੜੇ, ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ।
ਅਜੇ ਪ੍ਰਭੂ ਦੇ ਆਉਣ ਦੀ ਖਬਰ ਹੀ ਸੁਣੀ ਹੈ, ਮਨ ਚ ਚਾਅ ਪੈਦਾ ਹੋ ਗਿਆ, ਮਨ ਚਾਓ ਪਿਆ, ਪ੍ਰਭ ਆਗਮ, ਪ੍ਰਭੂ ਦੇ ਆਗਮਨ ਦੀ ਖਬਰ ਸੁਣੀ। ਹਰ ਮੰਗਲ ਗਾਓ ਸਖੀ, ਐ ਸਖੀਓ ਆਓ ਮੰਗਲ ਗਾਈਏ, ਪ੍ਰਭੂ ਦੇ ਗੁਣ ਗਾਈਏ। ਗ੍ਰਹਿ ਮੰਦਰ ਬਣਿਆ, ਹੁਣ ਮੇਰਾ ਘਰ ਹੀ ਗ੍ਰਹਿ ਬਣ ਗਿਆ, ਮੰਦਰ ਬਣ ਗਿਆ ਹੈ, ਹੁਣ ਮੰਦਰ ਜਾਣ ਦੀ ਜ਼ਰੂਰਤ ਨਹੀਂ, ਆਹ ਗ੍ਰਹਿ ਹੀ ਮੰਦਰ ਬਣ ਗਿਆ, ਸਰੀਰ ਹੀ ਮੰਦਰ ਬਣ ਗਿਆ ਹੈ। ਦੇਖੋ ਗੁਰਬਾਣੀ ਪੜ੍ਹੀਏ, ਜਦੋਂ ਹਰੀ ਮੰਦਰ ਆਏਗਾ ਤਾਂ ਸਾਡਾ ਧਿਆਨ ਸਿੱਧਾ ਦਰਬਾਰ ਸਾਹਿਬ ਵੱਲ ਜਾਏਗਾ। ਦਰਬਾਰ ਸਾਹਿਬ ਦੀ ਗੱਲ ਹੋ ਰਹੀ ਹੈ, ਅਤੇ ਸਾਨੂੰ ਸਭ ਨੂੰ ਪਤਾ ਹੈ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਈ ਸੀ ਪੰਜਵੇਂ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਥੜੇ 'ਤੇ ਬੈਠ ਕੇ ਉੱਥੇ, ਅਤੇ ਤੀਸਰੇ ਪਾਤਸ਼ਾਹ ਹਰਿਮੰਦਰ ਦੀ ਗੱਲ ਕਰ ਰਹੇ ਹਨ। ਫਿਰ ਉਹ ਕਿਹੜੇ ਹਰਿਮੰਦਰ ਦੀ ਗੱਲ ਕਰਦੇ ਹਨ? ਬਾਣੀ ਨੂੰ ਪੜ੍ਹੀਏ ਧਿਆਨ ਨਾਲ। ਹਰਿਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਗੁਰੂ ਅਮਰਦਾਸ ਜੀ, ਅਜੇ ਤਾਂ ਅਕਬਰ ਕੋਲੋਂ ਜ਼ਮੀਨ ਲਈ ਸੀ ਉਦੋਂ, ਅਜੇ ਕੋਈ ਹਰਿਮੰਦਰ ਸਾਹਿਬ ਨਹੀਂ ਸੀ ਬਣਿਆ। ਫਿਰ ਸਾਰੀ ਜੋ ਕਾਰਗੁਜ਼ਾਰੀ ਹੋਈ ਅਤੇ ਪੰਜਵੇਂ ਪਾਤਸ਼ਾਹ ਨੇ ਉਸਾਰੀ ਕੀਤੀ, ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਹਰਿਮੰਦਰ ਸੋਈ ਆਖੀਐ, ਹੁਣ ਉਹ ਕਿਹੜਾ ਹਰਿਮੰਦਰ ਹੈ? ਜਿੱਥੋਂ ਹਰ ਜਾਤਾ, ਜਿਸ ਘੱਟ ਵਿੱਚੋਂ, ਜਿਸ ਸਰੀਰ ਵਿੱਚੋਂ ਪਰਮਾਤਮਾ ਪ੍ਰਗਟ ਹੋ ਜਾਵੇ, ਉਹੀ ਮੰਦਰ ਬਣ ਗਿਆ, ਉਹੀ ਹਰੀ ਦਾ ਮੰਦਰ ਹੈ। ਇਹ ਉਹ ਹਰਿਮੰਦਰ ਦੀ ਗੱਲ ਨਹੀਂ ਕੀਤੀ। ਹਰਿਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਕਈ ਵਾਰੀ ਭੁਲੇਖਾ ਪੈ ਜਾਂਦਾ ਹੈ, ਅਸੀਂ ਭਾਵਨਾ ਦੇ ਵੱਸ, ਅਸੀਂ ਸ਼ਰਧਾ ਦੇ ਵੱਸ ਹੋ ਕੇ ਬਾਣੀ ਨੂੰ ਗਲਤ ਸਮਝ ਬੈਠਦੇ ਹਾਂ। ਬੜਾ ਇੱਕ ਸ਼ਬਦ ਹੈ ਜੋ ਸਾਰੀ ਸੰਗਤਾਂ ਪੜ੍ਹਦੀਆਂ ਹਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਧਿਆਨ ਸਿੱਧਾ ਜਾਏਗਾ ਦਰਬਾਰ ਸਾਹਿਬ ਦੇ ਸਰੋਵਰ ਵੱਲ, ਨਹੀਂ ਉਹ ਨਹੀਂ ਹੈ। ਤੁਸੀਂ ਕਹੋਗੇ ਕਿਹੜਾ ਹੈ? ਰਾਮ ਦੇ ਦਾਸਾਂ ਦਾ ਸਰੋਵਰ ਕੀ ਸੰਗਤ, ਜਿਹੜਾ ਸੰਗਤ 'ਚ ਬਹਿ ਕੇ ਗੁਰੂ ਦੀ ਯਾਦ ਵੀ ਜੁੜਦਾ ਹੈ, ਸਭ ਉਤਰੇ ਪਾਪ ਕਮਾਤੇ। ਇਹ ਰਾਮਦਾਸ ਸਰੋਵਰ ਸੰਗਤ ਨੂੰ ਕਿਹਾ ਹੈ, ਉਹ ਸਰੋਵਰ ਦੀ ਗੱਲ ਨਹੀਂ ਕੀਤੀ। ਪਰ ਸ਼ਰਧਾ ਵਿੱਚ ਅਸੀਂ ਆ ਕੇ ਅਸੀਂ ਕਹਿੰਦੇ ਹਾਂ ਸ਼ਾਇਦ ਉਹ ਹਰਿਮੰਦਰ ਸਾਹਿਬ ਦੀ, ਸਰੋਵਰ ਸਾਹਿਬ ਦੀ ਗੱਲ ਹੋ ਰਹੀ ਹੈ, ਨਹੀਂ। ਰਾਮਦਾਸ ਸਰੋਵਰ ਨਾਤੇ, ਜਿਹਨੇ ਜਿਹਨੇ ਰਾਮ ਦੇ ਦਾਸਾਂ ਦੇ ਸਰੋਵਰ, ਆ ਸਰੋਵਰ ਹੀ ਹੈ ਸਾਰਾ ਸੰਗਤ, ਇਹਦੇ ਵਿੱਚ ਬਾਣੀ ਦਾ ਅਧਿਐਨ ਕੀਤਾ, ਬਾਣੀ ਸੁਣੀ, ਬਾਣੀ ਨਾਲ ਜੁੜਨ ਦਾ ਯਤਨ ਕੀਤਾ, ਸਭ ਉਤਰੇ ਪਾਪ ਕਮਾਤੇ। ਜਦੋਂ ਸੰਗਤ ਵਿੱਚ ਬਹਿ ਕੇ ਤਾਂ ਬੰਦਾ ਸ਼ਬਦ ਨਾਲ ਜੁੜਦਾ ਹੈ, ਜਿਹਦੀ ਜਿਹਦੀ ਸੁਰਤ ਜੁੜਦੀ ਹੈ, ਫਿਰ ਅੱਖਾਂ ਵਿੱਚੋਂ ਨੀਰ ਵਗਦਾ ਹੈ, ਵੈਰਾਗ ਆਉਂਦਾ ਹੈ। ਜਿਤਨਾ ਵੈਰਾਗ ਆਉਂਦਾ ਹੈ ਉਤਨਾ ਮਨ ਸਾਫ਼ ਹੁੰਦਾ ਹੈ। ਮਨ ਸਾਫ਼ ਕੀ ਹੁੰਦਾ? ਪਾਪ ਕਮਾਤੇ ਜਿਹੜੇ ਕਮਾਏ ਹਨ ਉਹ ਧੁੱਲਦੇ ਜਾਂਦੇ ਹਨ ਗੁਰੂ ਦੀ ਯਾਦ ਨਾਲ ਜੁੜ ਕੇ। ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰੋਹ ਚਿੱਤ ਲਾਇਓ। ਜਦੋਂ ਚਿੱਤ ਜੁੜਦੀ ਪਰਮਾਤਮਾ ਦੇ ਨਾਲ, ਸ਼ਬਦ ਦੇ ਨਾਲ, ਮਨ ਸਾਫ਼ ਹੁੰਦਾ ਜਾਂਦਾ ਹੈ। ਕਿਉਂ? ਵੈਰਾਗ ਆਉਂਦਾ ਹੈ। ਜਿੱਥੇ ਵੈਰਾਗ ਆਉਂਦਾ ਹੈ ਅੰਤਰੀਵ ਖੁਸ਼ੀ ਮਿਲਦੀ ਹੈ, ਉੱਥੇ ਮਨ ਪਛਤਾਵਾ ਵੀ ਕਰਦਾ ਹੈ, ਹੇ ਪ੍ਰਭੂ ਮੈਂ ਪਹਿਲੋਂ ਕਿਉਂ ਨਾ ਜੁੜ ਗਿਆ ਇਸ ਪਾਸੇ, ਮੈਂ ਜੀਵਨ ਬੇਕਾਰ ਕਰ ਲਿਆ ਆਪਣਾ ਤੇਰੇ ਨਾਮ ਵਿੱਚ, ਤੇਰੀ ਯਾਦ ਵਿੱਚ ਇਤਨਾ ਰਸ, ਇਤਨਾ ਪਿਆਰ, ਇਤਨੀ ਮੁਹੱਬਤ ਹੈ, ਮੈਂ ਪਹਿਲਾਂ ਜੀਵਨ ਕਿਉਂ ਗਵਾ ਲਿਆ, ਮੈਂ ਪਹਿਲੋਂ ਕਿਉਂ ਨਾ ਤੇਰੇ ਲੜ ਲੱਗ ਗਿਆ। ਵੈਰਾਗ ਝਾਕਦਾ ਹੈ ਅੱਖਾਂ 'ਚ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ। ਹੁਣ ਪ੍ਰਗਟ ਹੋ ਗਿਆ ਹੈ ਗੋਬਿੰਦ, ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ, ਸਖੀ ਮੋਰੇ ਕੰਠ ਰਤਨ ਪੇਖ ਦੁੱਖ ਨਾਸਨਾ, ਬਾਸੋ ਸੰਗ ਗੋਪਾਲ। ਹੁਣ ਜਿਵੇਂ ਵੱਡਾ ਘਰ ਬਣ ਗਿਆ ਨਾ ਜੱਸੇ ਭਾਜੀ ਦਾ, ਇਹ ਕੁਛ ਨਿਸ਼ਾਨੀਆਂ ਹੁੰਦੀਆਂ ਹਨ। ਤੁਹਾਡੇ ਕੋਲ ਵੱਡਾ ਘਰ ਹੈ, ਦੱਸਣ ਦੀ ਜ਼ਰੂਰਤ ਨਹੀਂ ਵੀ ਤੁਸੀਂ ਅਮੀਰ ਹੋ, ਤੁਹਾਡਾ ਘਰ ਹੀ ਦੱਸ ਰਿਹਾ, ਨਿਸ਼ਾਨੀ ਬਾਹਰ ਹੀ ਪ੍ਰਗਟ ਹੋ ਰਹੀ ਹੈ।
ਬਾਹਰੋਂ ਪ੍ਰਗਟ ਹੋ ਜਾਏਗੀ। ਝੌਂਪੜੀ 'ਚ ਬੈਠੇ ਹੋਵੋ, ਤੁਹਾਨੂੰ ਦੱਸਣ ਦੀ ਲੋੜ ਨਹੀਂ, ਅਸੀਂ ਗਰੀਬ ਹਾਂ, ਤੁਹਾਡਾ ਘਰ ਹੀ ਦੱਸਦਾ ਪਿਆ ਹੈ। ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹਨ, ਬੰਦਾ ਖੁਸ਼ ਹੋਵੇ ਅੱਖਾਂ ਦੱਸ ਦਿੰਦੀਆਂ ਹਨ, ਬੰਦਾ ਰੋਂਦਾ ਹੋਵੇ ਅੰਦਰੋਂ ਦੁਖੀ ਅੱਖਾਂ ਦੱਸਦੀਆਂ, ਅੱਖਾਂ ਝੂਠ ਨਹੀਂ ਬੋਲਦੀਆਂ। ਭਾਵੇਂ ਦੁੱਖ ਅੰਦਰ ਹੈ, ਖੁਸ਼ੀ ਅੰਦਰ ਹੈ, ਲੇਕਿਨ ਅੱਖਾਂ ਦੱਸ ਰਹੀਆਂ ਹਨ, ਨਿਸ਼ਾਨੀ ਪ੍ਰਗਟ ਹੋ ਗਈ। ਗੁਜਰਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ। ਗੁਰੂ ਸਾਹਿਬ ਕਹਿੰਦੇ ਉਹ ਲਾਲ ਜਿਹੜਾ ਗੁੱਜਾ ਸੀ ਨਾ, ਉਹ ਪ੍ਰਗਟ ਹੋ ਗਿਆ। ਹੁਣ ਮੱਥੇ ਤੋਂ ਨਿਸ਼ਾਨੀਆਂ ਚਿਗਦੀਆਂ ਹਨ। ਮਹਾਂਪੁਰਸ਼ ਮੱਥਾ ਦੇਖ ਕੇ ਦੱਸ ਦਿੰਦੇ ਹਨ ਵੀ ਇਹ ਬੰਦਾ ਕਿੰਨੇ ਕੁ ਪਾਣੀ 'ਚ ਹੈ, ਮੱਥਾ ਪੜ ਲੈਂਦੇ ਹਨ। ਮੱਥੇ ਤੋਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹਨ। ਬੰਦਾ ਖੁਸ਼ ਹੋਵੇ ਚਿਹਰੇ 'ਤੇ ਕਿੰਨਾ ਖਿੜਾ ਹੁੰਦਾ ਹੈ, ਖਿੜਦਾ ਹੈ ਚਿਹਰਾ, ਬੰਦਾ ਕਹਿੰਦਾ ਹਾਂ ਇਹ ਅੰਦਰ ਖੁਸ਼ ਹੈ। ਅਤੇ ਜਿਹੜੇ ਅੰਦਰ ਅੱਗ ਲੱਗੀ ਹੋਵੇ, ਸਾੜਾ ਹੋਵੇ, ਉਹ ਵੀ ਚਿਹਰਾ ਦੱਸ ਦਿੰਦਾ ਹੈ। ਉਹ ਨਕਲੀ ਹਾਸਾ ਹੱਸਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਪਤਾ ਚੱਲ ਜਾਂਦਾ ਹੈ। ਉਹ ਆਇਆ ਨਹੀਂ ਸੀ ਗਾਣਾ ਇੱਕ, ਤੁਮ ਇਤਨਾ ਜੋ ਮੁਸਕਰਾ ਰਹੇ ਹੋ, ਕਿਆ ਗਾਂ ਮੈਂ ਜਿਸ ਕੋ ਛੁਪਾ ਰਹੇ ਹੋ। ਉਹ ਕਹਿੰਦਾ ਤੂੰ ਮੈਨੂੰ ਹੱਸ ਕੇ ਦਿਖਾ ਰਹੇ ਹਾਂ ਨਕਲੀ ਨਕਲੀ, ਤੂੰ ਦੱਸ ਦੇ ਦੁੱਖ ਕਿਹੜਾ ਜਿਹੜਾ ਲੁਕਾ ਰਹੇ ਹਾਂ, ਤੂੰ ਅੰਦਰ ਤਾਂ ਤੂੰ ਰੋਂਦਾ ਪਿੱਟਦਾ ਪਿਆ, ਉੱਤੋਂ ਤੂੰ ਹੱਸ ਕੇ ਦਿਖਾ ਰਿਹਾ, ਨਾ ਕਰ, ਨਕਲੀ ਹਾਸਾ ਨਹੀਂ, ਨਕਲੀ ਤਾਂ ਫੁੱਲ ਨਹੀਂ ਚੰਗਾ ਲੱਗਦਾ, ਹਾਸਾ ਕਿਤੇ ਚੰਗਾ ਲੱਗੇ। ਤੂੰ ਅੰਦਰੋਂ ਹਾਸਾ ਆ ਗਿਆ, ਮਨ ਅੰਦਰੋਂ ਖੁਸ਼ ਹੋ ਗਿਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀ ਹੈ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੈ ਦਿਨ ਸੁਭਾਗੈ, ਆਪਣਾ ਫਿਰ ਜਾਪੈ ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ। ਪ੍ਰਭੂ ਆਪ ਹੀ ਮਿਲ ਗਿਆ, ਕਰਤਾ ਉਹੀ ਹੈ, ਕਾਰਨ ਵੀ ਉਹੀ ਹੈ, ਸਾਰਾ ਕੁਝ ਉਹੀ ਹੈ, ਅਤੇ ਉਹਦੀ ਪ੍ਰਾਪਤੀ ਹੋ ਗਈ। ਹੁਣ ਕੋਈ ਤੌਖਲਾ ਨਹੀਂ, ਹੁਣ ਕੋਈ ਡਰ ਨਹੀਂ, ਨਾ ਸਵਿੰਜੋ ਕਿਲ ਵੇਖੋ, ਕਰਤਾ ਘਰ ਆਇਆ, ਨਾ ਸਵਿੰਜੋ ਕਿਲ ਵੇਖੋ, ਨਾ ਸਵਿੰਜੋ ਕਿਲ ਵੇਖੋ, ਕਰਤਾ ਘਰ ਆਇਆ, ਕਰਤਾ ਘਰ ਆਇਆ, ਨਾ ਸਵਿੰਜੋ ਕਿਲ ਵੇਖੋ, ਨਾ ਸਵਿੰਜੋ ਕਿਲ ਵੇਖੋ, ਕਰਤਾ ਘਰ ਆਇਆ, ਕਰਤਾ ਕਰਤਾ ਕਰਿਆ।